ਕਿ ਬਹੁਤ ਸਾਰੇ ਪ੍ਰਿੰਸੀਪਲਸ ਦਾ, ਬਹੁਤ ਸਾਰੇ ਅਧਿਆਪਕਾਂ ਦਾ, ਬਹੁਤ ਸਾਰੇ ਪਿੰਡ ਦੇ ਲੋਕਾਂ ਦਾ ਇਹ ਸੁਪਨਾ ਹੁੰਦਾ ਕਿ ਸਾਡਾ ਸਕੂਲ ਚੰਗਾ ਬਣੇ, ਸਕੂਲ ਦੇ ਵਿੱਚ ਇੱਕ ਮਿਆਰੀ ਸਿੱਖਿਆ ਮਿਲੇ ਅਤੇ ਬੱਚੇ ਆਪਣੇ ਆਉਣ ਵਾਲੇ ਭਵਿੱਖ ਨੂੰ ਸਵਾਰਨ। ਅਸੀਂ ਥੋੜ੍ਹੇ ਆਪਣੇ NRIs ਨੂੰ ਗੇਜ਼ ਕੀਤਾ ਔਰ NRIs ਨੂੰ ਜੋੜਿਆ ਅਤੇ ਫਿਰ ਉਹ ਇੱਦਾਂ ਜੁੜੇ ਕਿ ਅਸੀਂ ਇੱਥੇ ਤੱਕ ਪਹੁੰਚ ਗਏ 4 ਸਾਲਾਂ ਦੇ ਵਿੱਚ। ਅੰਦਰ ਵੜਦੇ ਸਾਰ ਹੀ ਇੱਕ ਸਾਡੀ ਬਿਲਡਿੰਗ ਸੀਗੀ, ਅਨਸੇਫ ਬਿਲਡਿੰਗ ਸੀਗੀ, ਉਹਦੇ ਵਿੱਚ 8 ਕਮਰੇ ਸੀਗੇ। ਉਹਦੇ ਵਿੱਚ ਸਾਡੇ NRIs ਜਿਹੜੇ ਹੈਗੇ ਇੱਥੋਂ ਪੜ੍ਹ ਕੇ ਗਏ ਸੀ, ਇਮੋਸ਼ਨਲੀ ਉਸ ਬਿਲਡਿੰਗ ਦੇ ਨਾਲ ਜੁੜੇ ਵੀ ਸੀਗੇ ਔਰ ਉਹਨਾਂ ਦੀਆਂ ਯਾਦਾਂ ਜੁੜੀਆਂ ਸੀਗੀਆਂ। ਅਤੇ ਉੱਥੇ ਫਿਰ NRIs ਨੇ ਸਾਡੇ 25 ਲੱਖ ਰੁਪਏ ਜਿਹੜਾ ਉਸ ਬਿਲਡਿੰਗ ਨੂੰ ਉਹਦੀ ਕੰਪਲੀਟ ਰੈਨੋਵੇਸ਼ਨ ਕੀਤੀ ਹੈ। ਇੱਕ ਉਸੇ ਬਿਲਡਿੰਗ ਦੇ ਵਿੱਚ ਉਹਨਾਂ ਨੇ ਸਾਡੇ ਕੰਪਿਊਟਰ ਲੈਬ ਤਿਆਰ ਕੀਤੀ ਹੈ ਔਰ ਅਪਰੋਕਸੀਮੇਟਲੀ 22 ਕੰਪਿਊਟਰ ਸਾਨੂੰ ਦਿੱਤੇ ਆ, ਏਅਰ ਕੰਡੀਸ਼ਨ ਕੰਪਿਊਟਰ ਲੈਬ ਹੈਗੀ ਆ, ਉਹ 6 ਲੱਖ ਰੁਪਇਆ ਉਹਨਾਂ ਨੇ ਉੱਥੇ ਲਾਇਆ ਹੈਗਾ। ਫਿਰ ਸਰਕਾਰ ਤੋਂ ਵੀ ਸਾਨੂੰ ਗ੍ਰਾਂਟਸ ਆਈਆਂ ਹੈਗੀਆਂ ਔਰ 2 ਕਮਰੇ ਸਾਡੇ ਕਮਰਸ ਟੀਮ ਦੇ ਅਸੀਂ ਬਣਾਏ ਹੈਗੇ, 19 ਲੱਖ ਰੁਪਇਆ ਸਾਨੂੰ ਆਇਆ ਸੀ ਸਰਕਾਰ ਵੱਲੋਂ। ਤੁਸੀਂ ਇਸੇ ਸਕੂਲ ਦੇ ਵਿੱਚੋਂ ਪੜ੍ਹੇ ਹੋ, ਜਦੋਂ ਉਦੋਂ ਹਾਲਤਾਂ ਹਾਲਾਤ ਇਹਦੇ ਸੀ, ਅੱਜ ਸੁਧਰਿਆ ਵੇਖਦੇ ਹੋ, ਇਸ ਦੇ ਵਿੱਚ ਬੱਚੇ ਪੜ੍ਹ ਕੇ ਵੱਡੇ ਮੁਕਾਮਾਂ ਦੇ ਉੱਪਰ ਜਾਣਗੇ, ਮਨ ਦੇ ਵਿੱਚ ਬਲਬਲਾ ਕੀ ਆਉਂਦਾ, ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਸਰ ਜੀ? 4 ਸਾਲ ਹੋਏ ਆ ਪੂਰੇ ਸਤੰਬਰ 'ਚ ਹੋਣੇ ਆ 4 ਸਾਲ, 4 ਸਾਲਾਂ ਦੇ ਵਿੱਚ ਸਕੂਲ ਦਾ ਜਿਹੜਾ ਕੰਮ ਹੋਇਆ ਜੀ, ਮੈਂ ਕਹਿੰਦਾ ਘਰ ਦਾ ਕੰਮ ਵੀ ਇੰਨੀ ਛੇਤੀ 'ਚ ਨਹੀਂ ਹੁੰਦਾ ਜਿੰਨਾ ਚਿਰ 4 ਸਾਲਾਂ 'ਚ ਸਕੂਲ ਦਾ ਕੰਮ ਹੋਇਆ। ਪ੍ਰਿੰਸੀਪਲ ਸਰ ਉਹਨਾਂ ਦੀ ਸਪੋਰਟ ਕਾਫੀ ਆ, ਜੇ ਸਰ ਨਹੀਂ ਸਾਨੂੰ ਸਪੋਰਟ ਕਰੂਗੇ ਤਾਂ ਅਸੀਂ ਕੁਛ ਨਹੀਂ ਕਰ ਸਕਦੇ, ਅਤੇ ਬਾਕੀ ਪਤਾ ਨਹੀਂ ਪਰਮਾਤਮਾ ਵੱਲੋਂ ਕਿੱਦਾਂ ਹੋਈ ਜਾਂਦਾ, ਕਰੇ ਕਰਾਵੇ ਆਪੇ ਆਪ, ਮਨ ਉੱਕੇ ਕਿਸ਼ਨਾ ਹੀ ਯਾਰ। ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸੁਖਬੀਰ ਸਿੰਘ ਸ਼ੇਰਗਿੱਲ ਅਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ TV। ਅੱਜ ਜਿਸ ਜਗ੍ਹਾ ਦੇ ਉੱਪਰ ਮੌਜੂਦ ਹਾਂ, ਇਸ ਦੀ ਖੂਬਸੂਰਤੀ ਦੀ ਗੱਲ ਕਰਨੀ ਹੈ, ਇਸ ਨੂੰ ਬਣਾਇਆ ਕਿਵੇਂ ਗਿਆ, ਇੱਕ ਸਕੂਲ ਦੇ ਵਿੱਚ ਮੌਜੂਦ ਹਾਂ ਅਤੇ ਇਸ ਸਕੂਲ ਦੀ ਬਣਾਵਟ ਜਿੱਥੇ ਆਪਣੇ ਆਪ ਦੇ ਵਿੱਚ ਖਾਸ ਹੈ, ਇਸ ਨੂੰ ਬਣਾਉਣ ਦੇ ਪਿੱਛੇ ਤਰੀਕੇ ਸਲੀਕੇ ਜਿਹੜੇ ਵਰਤੇ ਗਏ ਨੇ, ਜਾਂ ਫਿਰ ਜਿਸ ਤਰੀਕੇ ਜਥੇਬੰਦ ਹੋ ਕੇ ਇਸ ਸਕੂਲ ਦੀ ਇਮਾਰਤ ਨੂੰ ਬਣਾਇਆ ਗਿਆ ਅਤੇ ਇਸ ਸਕੂਲ ਦੇ ਵਿੱਚੋਂ ਮਿਆਰੀ ਸਿੱਖਿਆ ਕਿਵੇਂ ਮੁਹੱਈਆ ਕਰਵਾਈ ਜਾਂਦੀ ਹੈ, ਇਸ ਦੇ ਉੱਪਰ ਅੱਜ ਦੀ ਇਹ ਰਿਪੋਰਟ ਜਿਹੜੀ ਹੈ ਉਹ ਰਹਿਣ ਵਾਲੀ ਹੈ। ਮੇਰੇ ਨਾਲ ਸਾਰਾ ਸਟਾਫ ਜਿਹੜਾ ਹੈ ਅਤੇ ਪਰਿਵਾਰ ਦੇ ਇਸ ਮੈਂਬਰ ਦੇ ਨਾਲ ਦੀਆਂ ਸਾਰੀਆਂ ਉਹ ਸੁਵਿਧਾਵਾਂ ਪ੍ਰਦਾਨ ਕਰਨ ਵਾਲੇ ਇਸੇ ਪਿੰਡ ਦੇ ਪਤਵੰਤੇ ਸੱਜਣ ਜਿਹੜੇ ਨੇ ਉਹ ਵੀ ਮੌਜੂਦ ਨੇ। ਸਭ ਤੋਂ ਪਹਿਲਾਂ ਪ੍ਰਿੰਸੀਪਲ ਸਾਹਿਬ ਦੇ ਕੋਲੇ ਜਾਵਾਂਗੇ, ਮਨਜੀਤ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਇਸ ਸਾਰੇ ਸੁਪਨੇ ਨੂੰ, ਸੁਪਨਾ ਮੈਂ ਤਾਂ ਕਰਕੇ ਸ਼ਬਦ ਵਰਤ ਰਿਹਾ ਕਿਉਂਕਿ ਬਹੁਤ ਸਾਰੇ ਸਕੂਲ ਜਿਹੜੇ ਨੇ ਉਹ ਇਸੇ ਤਰੀਕੇ ਦੇ ਨਾਲ ਨੇ ਕਿ ਉਹਨਾਂ ਦਾ ਸੁਪਨਾ ਹੈ ਕਿ ਚੰਗੇ ਬਣੀਏ, ਪਰ ਇਹਨਾਂ ਦੇ ਵੱਲੋਂ ਆਪਣਾ ਸੁਪਨਾ ਪੂਰਾ ਕੀਤਾ ਗਿਆ। ਸਭ ਤੋਂ ਪਹਿਲਾਂ ਸਵਾਗਤ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ। ਜਿਵੇਂ ਮੈਂ ਭੂਮਿਕਾ ਦੇ ਵਿੱਚ ਦੱਸਿਆ ਕਿ ਬਹੁਤ ਸਾਰੇ ਪ੍ਰਿੰਸੀਪਲਸ ਦਾ, ਬਹੁਤ ਸਾਰੇ ਅਧਿਆਪਕਾਂ ਦਾ, ਬਹੁਤ ਸਾਰੇ ਪਿੰਡ ਦੇ ਲੋਕਾਂ ਦਾ ਇਹ ਸੁਪਨਾ ਹੁੰਦਾ ਕਿ ਸਾਡਾ ਸਕੂਲ ਚੰਗਾ ਬਣੇ, ਸਕੂਲ ਦੇ ਵਿੱਚ ਇੱਕ ਮਿਆਰੀ ਸਿੱਖਿਆ ਮਿਲੇ ਅਤੇ ਬੱਚੇ ਆਪਣੇ ਆਉਣ ਵਾਲੇ ਭਵਿੱਖ ਨੂੰ ਸਵਾਰਨ। ਤੁਸੀਂ ਸਕੂਲ ਨੂੰ ਵੀ ਸੁਧਾਰਿਆ ਹੈ ਅਤੇ ਇਸ ਦੇ ਵਿੱਚ ਜਿਹੜੀ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ ਉਹਨੂੰ ਵੀ ਸੁਧਾਰਿਆ, ਕੀ ਕਹਿਣਾ ਚਾਹੁੰਦੇ? ਬਿਲਕੁਲ ਜੀ, ਮੈਂ ਇੱਥੇ ਇਸ ਸੰਸਥਾ ਦੇ ਵਿੱਚ ਸਪਟੈਂਬਰ 2020 ਦੇ ਵਿੱਚ ਜੁਆਇਨ ਕੀਤਾ ਸੀ ਔਰ ਉਸ ਵੇਲੇ ਸਕੂਲ ਦੀ ਹਾਲਤ ਜਿਹੜੀ ਬਹੁਤ ਹੀ ਵਧੀਆ ਨਾ ਸੀ। ਅਸੀਂ ਮੈਂ ਪਹਿਲਾਂ ਆਉਂਦੇ ਆਪਣੇ ਸਟਾਫ ਦੇ ਨਾਲ ਮੀਟਿੰਗ ਕੀਤੀ ਔਰ ਮੀਟਿੰਗ ਕਰਕੇ ਡਿਸਕਸ ਕੀਤਾ ਵੀ ਕੀ ਸਮੱਸਿਆਵਾਂ ਹੈਗੀਆਂ ਇੱਥੇ, ਅਤੇ ਪਹਿਲਾਂ ਤਾਂ ਸਟਾਫ ਤੋਂ ਅਸੀਂ ਥੋੜ੍ਹੀ ਥੋੜ੍ਹੀ ਕਲੈਕਸ਼ਨ ਕਰਕੇ ਅਸੀਂ ਸਕੂਲ ਦੇ ਵਿੱਚ ਕੰਮ ਸ਼ੁਰੂ ਕੀਤਾ ਔਰ ਉਸ ਤੋਂ ਬਾਅਦ ਦੇ ਵਿੱਚ ਸਾਡੇ ਪਿੰਡ ਦੇ ਮੈਡਮ ਹੈਗੇ ਸੁਖਵਿੰਦਰ ਕੌਰ, ਕੰਪਿਊਟਰ ਫੈਕਲਟੀ, ਇਹਨਾਂ ਨਾਲ ਗੱਲ ਕੀਤੀ ਵੀ ਅਸੀਂ ਥੋੜ੍ਹੇ ਆਪਣੇ NRIs ਨੂੰ ਗੇਜ਼ ਕੀਤਾ ਔਰ NRIs ਨੂੰ ਜੋੜਿਆ ਅਤੇ ਫਿਰ ਉਹ ਇੱਦਾਂ ਜੁੜੇ ਕਿ ਅਸੀਂ ਇੱਥੇ ਤੱਕ ਪਹੁੰਚ ਗਏ 4 ਸਾਲਾਂ ਦੇ ਵਿੱਚ। ਔਰ ਪਹਿਲਾਂ ਤਾਂ ਮੇਰੇ ਸਕੂਲ ਦੇ ਆਪਾਂ ਗੇਟ ਤੋਂ ਕੰਮ ਸ਼ੁਰੂ ਕੀਤਾ ਜੀ ਔਰ ਗੇਟ ਦੀ ਮੈਂ ਗ੍ਰਾਂਟ ਲਈ ਸਰਕਾਰ ਤੋਂ ਔਰ ਗੇਟ ਦੀ ਲਗਭਗ 2 ਕੁ ਲੱਖ ਰੁਪਏ ਮੈਨੂੰ ਗ੍ਰਾਂਟ ਆਈ ਸੀ, ਲੇਕਿਨ 2.5 ਲੱਖ ਰੁਪਇਆ ਗੇਟ ਦੇ ਉੱਤੇ ਲੱਗ ਗਿਆ ਸੀਗਾ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਰਸਤਾ ਦਫ਼ਤਰ ਨੂੰ ਜਾਂਦਾ ਉਹਦੀ ਹਾਲਤ ਬੜੀ ਮਾੜੀ ਸੀ, ਤਾਂ ਸਾਡੇ ਸੋਤਾ ਸਾਹਿਬ ਹੈਗੇ ਇੱਥੇ ਪਿੰਡ ਦੇ ਵਿੱਚ, ਉਹਨਾਂ ਦੀ ਫੈਕਟਰੀ ਹੈਗੀ ਆ ਟਾਇਲਸ ਦੀ, ਉਹਨਾਂ ਨਾਲ ਕੋਂਟੈਕਟ ਕੀਤਾ
ਉਹਨੇ ਸਾਡੇ ਅਪਰੋਕਸੀਮੇਟਲੀ ਲੱਖ ਰੁਪਏ ਦੀਆਂ ਟਾਈਲਾਂ ਸਾਡੇ ਰਸਤੇ ਦੇ ਉੱਤੇ ਲਵਾਤੀਆਂ, ਸੋ ਦਫ਼ਤਰ ਤੱਕ ਰਸਤਾ ਵਧੀਆ ਬਣ ਗਿਆ। ਉਸ ਤੋਂ ਬਾਅਦ ਦੇ ਵਿੱਚ ਦਫ਼ਤਰ ਵੀ ਬਹਿਣ ਯੋਗ ਨਹੀਂ ਸੀ, ਉਹਨੂੰ ਵੀ ਮੈਂ ਦੋ ਤਿੰਨ ਵਾਰੀ ਰਿਪੇਅਰ ਕਰਾਈ, ਰੰਗ ਰੋਗਨ ਕਰਾਇਆ। ਅਤੇ ਅੰਦਰ ਵੜਦੇ ਸਾਰ ਹੀ ਇੱਕ ਸਾਡੀ ਬਿਲਡਿੰਗ ਸੀਗੀ, ਅਨਸੇਫ ਬਿਲਡਿੰਗ ਸੀਗੀ, ਉਹਦੇ ਵਿੱਚ 8 ਕਮਰੇ ਸੀਗੇ। ਉਹਦੇ ਵਿੱਚ ਸਾਡੇ ਐਨ ਆਰ ਆਈ ਜਿਹੜੇ ਹੈਗੇ ਇੱਥੋਂ ਪੜ੍ਹ ਕੇ ਗਏ ਸੀ, ਇਮੋਸ਼ਨਲੀ ਉਸ ਬਿਲਡਿੰਗ ਦੇ ਨਾਲ ਜੁੜੇ ਹੋਏ ਵੀ ਸੀਗੇ ਔਰ ਉਹਨਾਂ ਦੀਆਂ ਯਾਦਾਂ ਜੁੜੀਆਂ ਸੀਗੀਆਂ। ਅਤੇ ਉੱਥੇ ਫਿਰ ਐਨ ਆਰ ਆਈਜ਼ ਨੇ ਸਾਡੇ 25 ਲੱਖ ਰੁਪਏ ਜਿਹੜਾ ਉਸ ਬਿਲਡਿੰਗ ਨੂੰ ਉਹਦੀ ਕੰਪਲੀਟ ਰੈਨੋਵੇਸ਼ਨ ਕੀਤੀ ਹੈ, ਪਲਸਟਰ ਤੋਂ ਲੈ ਕੇ ਲੈਂਟਰ ਤੱਕ, ਫਰਸ਼ ਔਰ ਬਿਜਲੀ ਦਾ ਕੰਮ ਸਾਰਾ, ਖਿੜਕੀਆਂ ਦਰਵਾਜ਼ੇ ਨਵੇਂ। ਉੱਥੋਂ ਸਾਡੀ ਫਿਰ ਜਿਹੜੀ ਹੈਗੀ ਹੈ ਐਨ ਆਰ ਆਈਜ਼ ਦੇ ਨਾਲ ਜਿਹੜੀ ਸਾਡੀ ਹੈ ਪਾਰਟਨਰਸ਼ਿਪ ਉਹ ਸ਼ੁਰੂ ਹੋਈ ਹੈ। 25 ਲੱਖ ਉਹਨਾਂ ਨੇ ਉੱਥੇ ਖਰਚਿਆ ਸੀ। ਉਸ ਤੋਂ ਬਾਅਦ ਦੇ ਵਿੱਚ ਹੁਣ ਇੱਕ ਉਸੇ ਬਿਲਡਿੰਗ ਦੇ ਵਿੱਚ ਉਹਨਾਂ ਨੇ ਸਾਡੇ ਕੰਪਿਊਟਰ ਲੈਬ ਤਿਆਰ ਕੀਤੀ ਹੈ, ਔਰ ਅਪਰੋਕਸੀਮੇਟਲੀ 22 ਕੰਪਿਊਟਰ ਸਾਨੂੰ ਦਿੱਤੇ ਆ। ਏਅਰ ਕੰਡੀਸ਼ਨ ਕੰਪਿਊਟਰ ਲੈਬ ਹੈਗੀ ਆ, ਉਹ 6 ਲੱਖ ਰੁਪਇਆ ਉਹਨਾਂ ਨੇ ਉੱਥੇ ਲਾਇਆ ਹੈਗਾ, ਅਤੇ ਮੋਟੇ ਮੋਟੇ ਇਹ ਖਰਚੇ ਹੈਗੇ ਆ। ਬਾਕੀ ਉਹਦੇ ਵੱਲ ਦੇਖ ਕੇ ਜਦੋਂ ਸਕੂਲ ਵਧੀਆ ਬਣਨ ਲੱਗ ਪਿਆ, ਫਿਰ ਸਰਕਾਰ ਤੋਂ ਵੀ ਸਾਨੂੰ ਗ੍ਰਾਂਟਸ ਆਈਆਂ ਹੈਗੀਆਂ, ਔਰ 2 ਕਮਰੇ ਸਾਡੇ ਕਮਰਸ ਟੀਮ ਦੇ ਅਸੀਂ ਬਣਾਏ ਹੈਗੇ, 19 ਲੱਖ ਰੁਪਇਆ ਸਾਨੂੰ ਆਇਆ ਸੀ ਸਰਕਾਰ ਵੱਲੋਂ। ਸੋ 2 ਕਮਰੇ ਗੱਬੇ ਬਰਾਂਡਾ, ਅਤੇ ਜਿਹੜੇ 4 ਅਸੀਂ ਜਿਹੜੇ ਹੈਗੇ ਯੂਰੀਨਲ ਬਣਾਏ ਹੈਗੇ ਆ, ਟੋਇਲਟਸ ਬਣਾਈਆਂ ਹੈਗੀਆਂ 2 ਗਰਲਸ ਵਾਸਤੇ ਅਤੇ 2 ਜਿਹੜੀਆਂ ਹੈਗੀਆਂ ਲੜਕਿਆਂ ਵਾਸਤੇ। ਪ੍ਰਿੰਸੀਪਲ ਸਾਹਿਬ, ਇੱਥੇ ਮੈਂ ਮਾਫੀ ਚਾਹੁੰਦਾ ਤੁਹਾਨੂੰ ਟੋਕ ਰਿਹਾ ਕਿ ਇਹ ਗ੍ਰਾਂਟਾਂ ਸਾਰੇ ਸਕੂਲਾਂ ਨੂੰ ਇੰਨੀਆਂ ਮਿਲਦੀਆਂ ਨੇ, ਸਾਰੇ ਪਿੰਡਾਂ ਦੇ ਵਿੱਚ ਐਨ ਆਰ ਆਈਜ਼ ਨੇ, ਪਰ ਤੁਹਾਡੇ ਵੱਲੋਂ ਚੈਨਲਾਈਜ਼ ਹੋ ਕੇ ਕਿਵੇਂ ਇਹ ਸਾਰੀ ਚੀਜ਼ ਨੂੰ ਸੁਪਨੇ ਦੇ ਰੂਪ ਦੇ ਵਿੱਚ ਸਾਕਾਰ ਕਿਵੇਂ ਕਰ ਦਿੱਤਾ ਗਿਆ? ਕੀ ਨੀਤ ਦੀ ਕਮੀ ਹੁੰਦੀ ਹੈ ਹੋਰਨਾਂ ਪਿੰਡਾਂ ਦੇ ਵਿੱਚ, ਹੋਰਨਾਂ ਸਕੂਲਾਂ ਦੇ ਵਿੱਚ ਨੀਤ ਨੂੰ ਲੈ ਕੇ ਕਿਤੇ ਨਾ ਕਿਤੇ ਕੋਈ ਗੁਫ਼ਤਗੂ ਰਹਿ ਜਾਂਦੀ ਹੈ ਜਿਹੜੀ ਨਹੀਂ ਹੁੰਦੀ ਕਲੈਰਿਟੀ? ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇਹ ਜਿਹੜਾ ਹੈਗਾ ਬੜੀ ਅਸੀਂ ਪਾਰਦਰਸ਼ੀ ਤਰੀਕੇ ਨਾਲ ਕੰਮ ਕੀਤਾ ਹੈਗਾ, ਅਤੇ ਐਨ ਆਰ ਆਈ ਕਹਿੰਦੇ ਸੀ ਵੀ ਤੁਸੀਂ ਤੁਹਾਡੇ ਖਾਤੇ 'ਚ ਪੈਸੇ ਪਾ ਦਿੰਦੇ, ਤੁਸੀਂ ਕੰਮ ਕਰਾ ਲਓ। ਲੇਕਿਨ ਮੈਂ ਉਹਨਾਂ ਨੂੰ ਸੁਜੈਸਟ ਕੀਤਾ ਸੀ ਵੀ ਤੁਸੀਂ ਇੱਕ ਪਿੰਡ ਪੱਧਰੀ ਕਮੇਟੀ ਬਣਾਓ ਔਰ ਉਹ ਖਰਚਾ ਕਰੇ, ਇੱਧਰੋਂ ਜਿਹੜੀਆਂ ਸਰਕਾਰ ਵੱਲੋਂ ਕੋਈ ਸਮੱਸਿਆ ਆਉਂਦੀ ਹੈਗੀ, ਦਿੱਕਤਾਂ ਜਿਹੜੀਆਂ ਹੈਗੀਆਂ ਉਹ ਮੈਂ ਹੱਲ ਕਰਾਂਗਾ। ਸੋ ਇੱਕ ਐਨ ਆਰ ਆਈਜ਼ ਨੇ ਕਮੇਟੀ ਬਣਾਤੀ, ਉਹਦੇ ਵਿੱਚ 3-4 ਸਾਡੇ ਪਤਵੰਤੇ ਸੱਜਣ ਹੈਗੇ ਆ ਪਿੰਡ ਦੇ ਹੀ, ਪ੍ਰੇਮ ਸਿੰਘ ਸੋਤਾ ਜੀ ਹੈਗੇ ਆ, ਇੱਧਰੋਂ ਸਾਡੇ ਨੰਬਰਦਾਰ ਅਵਤਾਰ ਸਿੰਘ ਜੀ ਹੈਗੇ ਮੱਖਣ, ਇਹ ਵਿੱਚ ਪਾ ਗਿਆ, ਹੋਰ 2-3 ਬੰਦੇ ਹੈਗੇ ਆ ਉਹ ਵਿੱਚ ਇਨਵੋਲਵ ਹੋ ਗਏ। ਉਹ ਕਮੇਟੀ ਨੇ ਫਿਰ ਸਾਡੇ ਖਰਚਾ ਕੀਤਾ, ਠੀਕ ਹੈ ਨਾ, ਇਹ ਬਿਲਡਿੰਗ ਜਿਹੜੀ ਬਣਾਉਣਾ ਇਹਦੇ ਵਿੱਚ ਉਹਨਾਂ ਨੇ ਖਰਚਾ ਕੀਤਾ, ਅਤੇ ਅਸੀਂ ਉਹਨੂੰ ਮੋਨੀਟਰ ਕਰਦੇ ਰਹੇ। ਸੋ ਵਧੀਆ ਤਰੀਕੇ ਨਾਲ ਸਾਡੀ ਜਿਹੜੀ ਅਨਸੇਫ ਬਿਲਡਿੰਗ ਆ ਇਸ ਵੇਲੇ ਬਹੁਤ ਵਧੀਆ, ਉੱਥੇ ਸਾਡੀ ਲਾਇਬ੍ਰੇਰੀ ਚੱਲਦੀ ਹੈ, ਸਾਡੀ ਨਵੀਂ ਏਅਰ ਕੰਡੀਸ਼ਨ ਕੰਪਿਊਟਰ ਲੈਬ ਉੱਥੇ ਬਣੀ ਹੋਈ ਹੈ, ਅਤੇ ਬਾਕੀ ਕਮਰੇ ਹੈਗੇ ਆ, ਬੱਚੇ ਉਹਨਾਂ ਦੀ ਵਰਤੋਂ ਕਰ ਰਹੇ ਹੈਗੇ ਆ, ਔਰ ਅਸੀਂ ਇਹਨਾਂ ਦੇ ਧੰਨਵਾਦੀ ਹੈਗੇ ਆ। ਬਾਹਰ ਅਮੈਰੀਕਾ ਦੇ ਵਿੱਚ ਸਰਦਾਰ ਜਸਪਾਲ ਸਿੰਘ ਬੈਠੇ ਆ ਚੀਫ ਇੰਜੀਨੀਅਰ, ਉਹ ਵੀ ਤੁਹਾਡੀ ਇੰਟਰਵਿਊ ਦੇਖਣ ਗਏ, ਔਰ ਰਵਿੰਦਰ ਸਿੰਘ ਸੋਤਾ ਜੀ ਹੈਗੇ ਆ, ਸਰਬਜੀਤ ਸਿੰਘ ਸੋਤਾ ਜੀ ਹੈਗੇ ਆ, ਔਰ ਲੋਕਲ ਲੈਵਲ ਦੇ ਉੱਤੇ ਪਿੰਡ ਦੇ ਵਿੱਚ ਸਰਦਾਰ ਪਰਮੇਸ਼ਰ ਸਿੰਘ ਹੈਗੇ ਆ, ਨੰਬਰਦਾਰ ਅਵਤਾਰ ਸਿੰਘ ਜੀ ਹੈਗੇ ਆ, ਇੱਧਰ ਸਾਡੇ ਪ੍ਰੇਮ ਸਿੰਘ ਸੋਤਾ ਜੀ ਹੈਗੇ ਆ। ਸੋ ਇਹ ਬੰਦੇ ਹੈਗੇ ਸਾਡੇ ਜਿਹੜੇ ਸਾਡੇ ਨਾਲ ਖੜੇ ਆ, ਔਰ ਅੱਗੇ ਤੋਂ ਮੈਂ ਇਹਨਾਂ ਤੋਂ ਇਹੀ ਆਸ ਕਰਦਾ ਹੈਗਾ ਕਿ ਸਾਨੂੰ ਇਹਨਾਂ ਦਾ ਜਿਹੜਾ ਸਹਿਯੋਗ ਹੈਗਾ ਇਸੇ ਤਰੀਕੇ ਨਾਲ ਜਾਰੀ ਰਹੇਗਾ ਜੀ। ਵਾਰ ਵਾਰ ਐਨ ਆਰ ਆਈ ਪਰਿਵਾਰਾਂ ਦੇ ਸਹਿਯੋਗ ਦੀ ਗੱਲ ਹੁੰਦੀ ਹੈ, ਸੋਤਾ ਸਾਹਿਬ ਤੁਹਾਡੀ ਗੱਲ 2 ਵਾਰ ਪ੍ਰਿੰਸੀਪਲ ਸਾਹਿਬ ਉਹਨਾਂ ਦੇ ਵੱਲੋਂ ਕਰ ਦਿੱਤੀ ਗਈ, ਤੁਸੀਂ ਇਸੇ ਸਕੂਲ ਦੇ ਵਿੱਚੋਂ ਪੜ੍ਹੇ ਹੋ, ਜਦੋਂ ਉਦੋਂ ਹਾਲਾਤ ਇਹਦੇ ਸੀ, ਅੱਜ ਸੁਧਰਿਆ ਵੇਖਦੇ ਹੋ, ਇਸ ਦੇ ਵਿੱਚ ਬੱਚੇ ਪੜ੍ਹ ਕੇ ਵੱਡੇ ਮੁਕਾਮਾਂ ਦੇ ਉੱਪਰ ਜਾਣਗੇ, ਮਨ ਦੇ ਵਿੱਚ ਵਲਵਲਾ ਕੀ ਆਉਂਦਾ, ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ ਸਾਰੀ ਚੀਜ਼? ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ। ਇਸਦੇ ਵਿੱਚ ਮੇਰੇ ਛੋਟੇ ਬ੍ਰਦਰ ਸਰਦਾਰ ਸਰਬਜੀਤ ਸਿੰਘ ਸੋਹਤਾ, ਜੋ ਇਸ ਵੇਲੇ ਕੈਨੇਡਾ 'ਚ ਬਹੁਤ ਵਧੀਆ ਬਿਜ਼ਨਸਮੈਨ ਆ, ਸਾਡੀ ਕਾਸਾ ਸਪਲਾਈ ਕਰਕੇ ਉੱਥੇ ਫੈਕਟਰੀ ਚੱਲਦੀਆਂ, ਤੇ ਉਹਨਾਂ ਦੀ ਜ਼ਿਆਦਾ ਮੋਟੀਵੇਸ਼ਨ ਹੁੰਦੀ, ਮੈਨੂੰ ਕਹਿੰਦੇ ਰਹਿੰਦੇ ਤੂੰ ਸਕੂਲ ਜਾ ਕੇ ਦੇਖ ਕੇ ਆ, ਕੋਈ ਚੀਜ਼ ਦੀ ਕਮੀ ਤਾਂ ਨਹੀਂ ਹੈਗੀ, ਤਾਂ ਫਿਰ ਉਹ ਕਮੀ ਨੂੰ ਪੂਰਾ ਕਰਦਾ ਮੈਂ। ਪ੍ਰਿੰਸੀਪਲ ਸਾਹਿਬ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ, ਕਿਉਂਕਿ ਪੈਸਾ ਲਾਉਣ ਨੂੰ ਐਨ ਆਰ ਆਈ ਹਰੇਕ ਪਿੰਡ ਦੇ ਵਿੱਚ ਬੈਠੇ ਨੇ, ਉਹ ਕਹਿੰਦੇ ਕਿ ਸਾਨੂੰ ਲੱਗਦਾ ਦਿਸੇ ਅਸੀਂ ਹੋਰ ਦੇਈਏ, ਪਰ ਉਹ ਜਿਹੜੇ ਪਹਿਲਾਂ ਭੇਜੇ ਹੋਏ ਨੇ ਉਹ ਵੀ ਕਿਤੇ ਇੱਧਰ ਉੱਧਰ ਖੁਰਦ ਬੁਰਦ ਹੋ ਜਾਂਦੇ ਨੇ, ਇਹ ਵੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ, ਸਾਡੇ ਵੀ ਬਹੁਤ ਸਾਰੀਆਂ ਧਿਆਨ ਦੇ ਵਿੱਚ ਆਉਂਦੀਆਂ ਨੇ। ਇਹਨੂੰ ਲੈ ਕੇ ਮਨ ਨੂੰ ਸੰਤੁਸ਼ਟੀ ਹੈ ਕਿ ਜੋ ਦਿੱਤਾ ਸੀ ਢਿੱਲ ਫੁੱਲ ਦਿੱਤਾ ਸੀ ਆਪਣੇ ਕੋਲੋਂ ਵੀ ਕਹਿੰਦੇ ਪੱਲਿਓ ਵੀ ਪੈ ਜਾਂਦੇ ਕਿ ਨਹੀਂ? ਇਸ ਗੱਲ ਤੋਂ ਪ੍ਰਿੰਸੀਪਲ ਹੁਣ ਸਿਫਤ ਆ, ਜੋ ਵੀ ਮਤਲਬ ਜੋ ਵੀ ਸਾਡੀ ਹੈਲਪ ਅਸੀਂ ਮੰਗੀਏ ਉਹ ਹੈਲਪ ਕਰਦੇ ਨੇ, ਤੇ ਇਹਨਾਂ ਤੋਂ ਅਸੀਂ ਪੂਰੇ ਸੰਤੁਸ਼ਟ ਹਾਂ ਜੀ। ਹਾਂਜੀ, ਬਹੁਤ ਵਧੀਆ ਕੰਮ ਕਰਦੇ।
ਇਹ ਸਾਰੀ ਚੀਜ਼ ਦੇ ਵਿੱਚ ਜਿਵੇਂ ਨੰਬਰਦਾਰ ਸਾਹਿਬ ਹੋਰ ਵੀ ਨਾਲ ਸਾਡੇ ਖਲੋਤੇ ਨੇ, ਨੰਬਰਦਾਰ ਸਾਹਿਬ ਇੱਕ ਤਾਂ ਪਿੰਡ ਦੀ ਜ਼ਿੰਮੇਵਾਰੀ, ਪਿੰਡ ਤੋਂ ਬਾਅਦ ਇਹ ਸਕੂਲ ਦੀ ਜ਼ਿੰਮੇਵਾਰੀ, ਕਿਉਂਕਿ ਸਕੂਲ ਦੇ ਵਿੱਚ ਤੁਹਾਡੇ ਪਿੰਡ ਦੇ ਬੱਚੇ ਪੜ੍ਹਦੇ ਨੇ, ਚੰਗਾ ਭਵਿੱਖ ਬਣਾਉਣ ਦੇ ਲਈ ਇੱਥੇ ਆਉਂਦੇ ਨੇ। ਪ੍ਰਿੰਸੀਪਲ ਸਾਹਿਬ ਹੋਰਾਂ ਦੇ ਵੱਲੋਂ ਜਿਹੜੀਆਂ ਕਾਰਗੁਜ਼ਾਰੀਆਂ ਕੀਤੀਆਂ ਗਈਆਂ ਨੇ, ਆਸ ਪਾਸ ਭਾਵੇਂ ਰੰਗ ਰੋਗਨ ਹੋਵੇ, ਪਿੱਛੇ ਆਪਣੇ ਕੰਪਿਊਟਰ ਪਾਰਕ ਹੋਵੇ, ਇਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਤਸੱਲੀ ਹੈ ਮਨ ਨੂੰ, ਸੰਤੁਸ਼ਟੀ ਹੈ ਕਿ ਜੋ ਜਿਸ ਤਰੀਕੇ ਦੇ ਨਾਲ ਸੋਚਿਆ ਵਿਚਾਰਿਆ ਸੀ, ਜਿਸ ਤਰੀਕੇ ਦੇ ਨਾਲ ਚਾਹੁੰਦੇ ਸੀ ਕਿ ਹੋਵੇ, ਉਹ ਹੋ ਗਿਆ। ਬਿਲਕੁਲ ਜੀ, ਪ੍ਰਿੰਸੀਪਲ ਸੋਹਣੀ ਕਹਿੰਦੇ ਆ ਕਿ ਅਸੀਂ 2000 ਦੇ 4 ਸਾਲ ਹੋਏ ਆਇਆਂ ਨੂੰ, ਪੂਰੇ ਸਤੰਬਰ 'ਚ ਹੋਣੇ ਆ 4 ਸਾਲ, 4 ਸਾਲਾਂ ਦੇ ਵਿੱਚ ਸਕੂਲ ਦਾ ਜਿਹੜਾ ਕੰਮ ਹੋਇਆ ਜੀ, ਮੈਂ ਕਹਿੰਦਾ ਘਰ ਦਾ ਕੰਮ ਵੀ ਇੰਨੀ ਛੇਤੀ 'ਚ ਨਹੀਂ ਹੁੰਦਾ ਜਿੰਨਾ ਚਿਰ 4 ਸਾਲਾਂ 'ਚ ਸਕੂਲ ਦਾ ਕੰਮ ਹੋਇਆ ਜੀ। ਆਹ ਜਿਹੜੀ ਬਿਲਡਿੰਗ ਦੀ ਗੱਲ ਕਰਦੇ ਹਾਂ, ਉਸ ਬਿਲਡਿੰਗ ਦੇ ਵਿੱਚ ਅਸੀਂ ਪੜ੍ਹੇ ਹੋਏ ਸੀ ਜੀ, ਅਸੀਂ ਖੁਦ ਉੱਥੇ ਪੜ੍ਹੇ ਹੋ ਸੀਗੇ ਜੀ। ਜਿਸਲੇ ਉਹ ਢਹਿੰਦੀ ਦਿਸੀ, NRA ਵੀਰਾਂ ਨੇ ਬਹੁਤ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਸਾਰਾ ਪੈਸਾ NRA ਵੀਰਾਂ ਦਾ ਹੀ ਹੈ ਜੀ। ਕੋਈ ਸਾਡੇ ਦੋਸਤ ਵੀ ਹੈਗੇ ਆ ਜੀ ਵਿੱਚ, ਜਿੱਦਾਂ ਹਰਪਿੰਦਰ ਸਿੰਘ ਸੋਤਾ, ਹਰਿੰਦਰ ਸਿੰਘ ਸ਼ੈਰੀ ਜੀ, ਇਹ ਦੋਵੇਂ ਭਰਾ ਆ ਜੀ। ਪਹਿਲਾਂ ਉਹਨਾਂ ਦਾ ਫਾਦਰ ਲੰਬੜਦਾਰ ਹੋਣੀ ਸੀਗਾ ਜੀ, ਸਰਜੀਤ ਸਿੰਘ ਜੀ, ਉਹਨਾਂ ਦਾ ਨਾਲ ਸਹਿਯੋਗ ਬਹੁਤ ਸੀਗਾ ਜੀ, ਸਰਦਾਰ ਜਸਪਾਲ ਸਿੰਘ ਉਹਨਾਂ ਦੇ ਨਾਲ। ਇਹਨੇ ਉੱਧਰ ਕਮੇਟੀ ਬਣਾਈ ਜੀ ਹੌਲੀ ਹੌਲੀ, ਉਹਨੇ ਕਮੇਟੀ ਬਣਾਉਣ ਦੇ ਨਾਲ ਹੌਲੀ ਜਿੰਨੇ ਜਿੰਨੇ ਪੈਸੇ ਸਾਡੇ ਆਏ ਆ, ਉਹ ਸਾਰੇ ਨਾਲੋਂ ਨਾਲ ਜਿੰਨੇ ਲੱਗਦੇ ਰਹੇ ਜਾਂ ਅਸੀਂ ਜਿੰਨੇ ਦਿੰਦੇ ਰਹੇ ਚੈੱਕ, ਉਹ ਸਾਰੇ ਇੱਕ ਨੰਬਰ 'ਚ ਪੈਸੇ ਆਉਂਦੇ ਰਹੇ, ਇੱਕ ਨੰਬਰ 'ਚ ਦਿੰਦੇ ਰਹੇ ਜੀ। ਨੰਬਰਦਾਰ ਸਾਹਿਬ ਹੋਰਾਂ ਦੇ ਵੱਲੋਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਗਈਆਂ ਨੇ, ਇਹ ਵੀ ਆਪਣੇ ਆਪ ਦੇ ਵਿੱਚ ਬੇਹੱਦ ਖਾਸ ਹੋ ਜਾਂਦਾ ਕਿ ਜਿਵੇਂ ਪੈਸੇ ਆਏ ਨੇ ਉਸੇ ਤਰੀਕੇ ਸਲੀਕਿਆਂ ਦੇ ਨਾਲ ਲੱਗਦੇ ਵੀ ਦਿਖਾਈ ਲਈ ਦੇਣ। ਮੈਮ ਤੁਹਾਡੀ ਬਹੁਤ ਤਾਰੀਫ ਪ੍ਰਿੰਸੀਪਲ ਸਰ ਹੋਰਾਂ ਦੇ ਵੱਲੋਂ ਕੀਤੀ ਜਾ ਰਹੀ ਸੀ, ਕਹਿੰਦੇ ਪੈਸੇ ਧੇਲੇ ਦਾ ਸਾਰਾ ਵਿਭਾਗ ਤੁਹਾਡੇ ਕੋਲ ਹੈ, ਤੁਸੀਂ ਇਸ ਪਿੰਡ ਦੇ ਵਿੱਚ, ਤੁਹਾਡਾ ਸਹੁਰਾ ਪਰਿਵਾਰ ਵੀ ਹੈ, ਇਸ ਸਾਰੀ ਚੀਜ਼ ਨੂੰ ਲੈ ਕੇ ਸਹੁਰੇ ਪਰਿਵਾਰ ਵਾਲੀ ਜ਼ਿੰਮੇਵਾਰੀ ਵੀ ਤੁਹਾਡੇ 'ਤੇ ਹੈ ਅਤੇ ਸਕੂਲ ਵਾਲੀ ਜ਼ਿੰਮੇਵਾਰੀ ਵੀ ਤੁਹਾਡੇ 'ਤੇ ਹੈ, ਇਹਨੂੰ ਤੁਸੀਂ ਮੈਨੇਜ ਕਿਵੇਂ ਕਰਦੇ ਹੋ, ਕਿਵੇਂ ਪੈਸੇ ਧੇਲੇ ਦੀ ਸਾਰੀ ਦੇਖ ਰੇਖ ਅਤੇ ਇਸ ਪੈਸੇ ਨੂੰ ਲਾਉਣਾ ਕਿਵੇਂ ਆ, ਉਹਦੇ ਬਾਰੇ ਵੀ ਸੁਜੈਸ਼ਨ ਤੁਸੀਂ ਦਿੰਦੇ ਹੋਣੇ ਹੋ, ਹੁਣ ਤੱਕ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਸਾਰੀ ਚੀਜ਼? ਕਾਰਗੁਜ਼ਾਰੀ ਬਹੁਤ ਵਧੀਆ ਅਤੇ ਇਹ ਪ੍ਰਿੰਸੀਪਲ ਸਰ ਉਹਨਾਂ ਦੀ ਸਪੋਰਟ ਕਾਫੀ ਆ, ਜੇ ਸਰ ਨਹੀਂ ਸਾਨੂੰ ਸਪੋਰਟ ਕਰੂਗੇ ਤਾਂ ਅਸੀਂ ਕੁਛ ਨਹੀਂ ਕਰ ਸਕਦੇ, ਅਤੇ ਬਾਕੀ ਪਤਾ ਨਹੀਂ ਪਰਮਾਤਮਾ ਵੱਲੋਂ ਕਿੱਦਾਂ ਹੋਈ ਜਾਂਦਾ, ਕਰੇ ਕਰਾਵੇ ਆਪੇ ਆਪ, ਮਨ ਉੱਕੇ ਕਿਸ਼ਨਾ ਹੀ ਯਾਦ। ਉਸ ਵਿੱਚ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ, ਤੁਸੀਂ 2005 ਤੋਂ, ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ ਕਿ 2005 ਤੋਂ ਤੁਸੀਂ ਇੱਥੇ ਜੁਆਇਨ ਕੀਤਾ, ਉਸ ਤੋਂ ਬਾਅਦ ਜਿਹੜੀ ਆਹ 4 ਸਾਲਾਂ ਦੇ ਵਿੱਚ ਤੇਜ਼ੀ ਆਈ ਹੈ ਵਿਕਾਸ ਨੂੰ ਲੈ ਕੇ ਜਾਂ ਫਿਰ ਸਕੂਲ ਦੀ ਬਣਤਰ ਨੂੰ ਲੈ ਕੇ, ਸਕੂਲ ਦੇ ਵਿੱਚ ਜਿਹੜੀਆਂ ਕਾਰਗੁਜ਼ਾਰੀਆਂ ਹੋ ਰਹੀਆਂ ਨੇ, ਇਹ ਪਹਿਲੇ ਸਮੇਂ ਦੇ ਵਿੱਚ ਕਿਉਂ ਨਹੀਂ ਹੋਈਆਂ? ਤੁਹਾਨੂੰ ਕਮੀ ਖਾਮੀ ਕਿਤੇ ਲੱਗਦੀ ਹੈ, ਖਲਕਦੀ ਹੈ ਜਦੋਂ ਮੁਲਾਂਕਣ ਕਰਦੇ ਹੋ? ਲੱਗਦੀ ਆ, ਕਿਉਂਕਿ ਇਹਨਾਂ 4 ਸਾਲਾਂ 'ਚ ਹੀ ਜ਼ਿਆਦਾ ਪ੍ਰੋਗਰੈਸ ਹੋਈ ਆ ਸਕੂਲ ਦੀ। ਮੈਂ ਤਾਂ ਉਹਦਾ ਕਾਫੀ ਟਾਈਮ ਤੋਂ, ਜਿੱਦਾਂ ਮੇਰੀ ਉਹ ਪੁਰਾਣੀ ਕੰਪਿਊਟਰ ਲੈਬ ਆ ਨਾ, ਮੈਂ ਤਾਂ ਉਹਦੇ ਵਿੱਚ ਆਪਣਾ ਜਿੱਦਾਂ ਦਸਵੰਧ ਕੱਢਦੀ ਸੀ, ਕਾਫੀ ਟਾਈਮ ਤੋਂ ਮੈਂ ਲੱਗੀ ਹੋਈ ਸੀ ਕੰਮ ਦੁਆਲੇ, ਅਤੇ ਹੁਣ ਇਹ ਕੰਪਿਊਟਰ ਪਾਰਕ ਸਰਦੇ ਆਇਆ ਅਤੇ ਬਣਾਇਆ ਜੀ। ਇਹ ਸਾਰੀ ਚੀਜ਼ ਦੇ ਵਿੱਚ ਬੀਬਾ ਜੀ ਉਹਨਾਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਪ੍ਰਿੰਸੀਪਲ ਸਾਹਿਬ ਬੈਕ ਟੂ ਤੁਹਾਡੇ 'ਤੇ ਆਉਣਾ ਮੈਂ, ਇਹ ਸਾਰੀ ਚੀਜ਼ ਦੇ ਵਿੱਚ ਇੱਕ ਅਧਿਆਪਕ ਜਿਹੜਾ ਹੁੰਦਾ ਹੈ, ਜ਼ਿੰਦਗੀ ਦੇ ਕਹਿ ਲਈਏ ਕਿ ਆਧਾਰ ਨੂੰ ਬਣਾਉਂਦਾ ਹੈ, ਬੱਚਿਆਂ ਨੂੰ ਦੱਸਦਾ ਹੈ ਕਿ ਕਿਹੜਾ ਕੰਮ ਸਾਡੇ ਲਈ ਚੰਗਾ, ਕਿਹੜਾ ਮਾੜਾ ਹੈ, ਕਿ ਅਧਿਆਪਕ ਹੋਣ ਦੇ ਨਾਤੇ ਜਿਵੇਂ ਅਸੀਂ ਹੋਰ ਸੇਵਾਵਾਂ ਦਿੰਦੇ ਹਾਂ, ਹੋਰ ਕਿਤੇ ਜੋਬ ਕਰਦੇ ਹਾਂ, ਕਿਤੇ ਨੌਕਰੀ ਕਰਦੇ ਹਾਂ, ਅਧਿਆਪਕ ਦੀ ਜ਼ਿੰਮੇਵਾਰੀ ਆਪਣੇ ਆਪ ਦੇ ਵਿੱਚ ਖਾਸ ਲੱਗਦੀ ਹੈ, ਕਿਉਂਕਿ ਜਿਹੜਾ ਤੁਸੀਂ ਇਨੀਸ਼ੀਏਟਿਵ ਲਿਆ, ਤੁਹਾਡੇ ਵੱਲੋਂ ਜਿਹੜਾ ਇਹ ਸਾਰਾ ਉਪਰਾਲਾ ਕੀਤਾ ਗਿਆ, ਇਸ ਦੇ ਵਿੱਚ ਲੱਗਦਾ ਹੈ ਕਿ ਅਧਿਆਪਕ ਹੋਣ ਦੇ ਤੌਰ ਦੇ ਉੱਪਰ ਤੁਹਾਨੂੰ ਘਰ ਜਾ ਕੇ ਵੀ ਕੰਮ ਕਰਨਾ ਪੈਂਦਾ ਹੈ, ਘਰ ਦੇ ਵਿੱਚ ਵੀ ਜਾ ਕੇ ਸੋਚ ਵਿਚਾਰ ਕਰਨੀ ਪੈਂਦੀ ਹੈ ਕਿ ਭਾਈ ਅਸੀਂ ਸਕੂਲ ਦੇ ਬਾਰੇ ਚੰਗਾ ਕਰਨਾ ਹੈ, ਸਕੂਲ ਨੂੰ ਚੰਗਾ ਬਣਾਉਣਾ? ਦੇਖੋ ਮੈਂ ਪਹਿਲਾਂ 25 ਸਾਲ ਪੜ੍ਹਾ ਕੇ ਆਇਆ ਜੀ, 25 ਈਅਰਸ ਮੈਂ ਲੈਕਚਰਰ ਰਿਹਾ ਹਾਂ ਫਿਜ਼ਿਕਸ ਦਾ, ਅਲੱਗ ਅਲੱਗ ਜਗ੍ਹਾ 'ਤੇ ਮੈਂ ਕੰਮ ਕੀਤਾ, ਖਾਲਸਾ ਕਾਲਜ ਗੜਸ਼ੰਕਰ ਵੀ ਮੈਂ ਕੰਮ ਕੀਤਾ, ਔਰ ਦੁਆਬਾ ਖਾਲਸਾ ਸਕੂਲ ਜਿਹੜਾ ਜਲੰਧਰ ਹੈਗਾ ਉੱਥੇ ਮੈਂ ਇਨੀਸ਼ੀਅਲੀ ਕੰਮ ਕੀਤਾ ਹੈਗਾ, ਅਤੇ 25 ਸਾਲਾਂ ਦੇ ਕੈਰੀਅਰ ਤੋਂ ਬਾਅਦ ਦੇ ਵਿੱਚ ਮੇਰੀ ਪ੍ਰਮੋਸ਼ਨ 2017 'ਚ ਹੋਈ ਸੀ, ਸੋ ਮੈਂ 2 ਕੁ ਸਕੂਲ ਘੁੰਮ ਕੇ ਫਿਰ ਇੱਥੇ ਬਾੜੀਆਂ ਮੈਂ ਜੁਆਇਨ ਕੀਤਾ ਸੀ। ਮੈਨੂੰ ਪਤਾ ਲੱਗਾ ਸਕੂਲ ਬਹੁਤ ਮਾੜਾ, ਮੈਨੂੰ ਬਹੁਤ ਲੋਕਾਂ ਨੇ ਕਿਹਾ ਇੱਥੇ ਨਾ ਜਾਓ, ਮੈਂ ਯਾਰ ਨਹੀਂ ਇੱਦਾਂ ਦੀ ਜਗ੍ਹਾ 'ਤੇ ਮੈਂ ਕੰਮ ਕਰਨਾ ਚਾਹੁੰਦਾ ਜਿੱਥੇ ਹਾਲਾਤ ਥੋੜ੍ਹੇ ਡਿਫੀਕਲਟ ਹੋਣ, ਸੋ ਮਾਹੌਲ ਬਹੁਤ ਖਰਾਬ ਸੀ ਸਕੂਲ ਦਾ, ਉਹਨੂੰ ਹੌਲੀ ਹੌਲੀ ਸੁਧਾਰਿਆ,
ਪਹਿਲਾਂ ਤਾਂ ਆਪਣੇ ਆਪ ਨੂੰ ਬਿਲਕੁਲ ਡਿਸਿਪਲਿਨ ਕੀਤਾ, ਫਿਰ ਟੀਚਰਸ ਵੀ ਤੁਹਾਡੇ ਵੱਲ ਦੇਖ ਕੇ ਜਿਹੜੇ ਹੈਗੇ, ਹੌਲੀ 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 ਸਿਸਟਮ ਸਾਰਾ ਸਟ੍ਰੀਮਲਾਈਨ ਹੋ ਗਿਆ ਅਤੇ ਫਿਰ ਮੈਂ ਜਿਹੜਾ ਹੈਗਾ ਸਿੰਗਲ ਹੈਂਡਲ ਹੀ ਲੱਗਾ ਜੀ ਬਿਲਡਿੰਗ ਵਾਲੇ ਪਾਸੇ ਨੂੰ, ਮੈਂ ਥੋੜ੍ਹੀ ਬਿਲਡਿੰਗ ਦਾ ਵੀ ਛੱਤਾਂ ਵੀ ਸਾਰੀਆਂ ਰਿਪੇਅਰ ਕਰਾਤੀਆਂ ਸੀ। ਔਰ ਤੁਸੀਂ ਦੇਖੋ ਸੀਨੀਅਰ ਸੈਕੰਡਰੀ ਸਕੂਲ ਇਹਦੇ 'ਚ ਪੌੜੀ ਨਹੀਂ ਸੀ ਉੱਪਰ ਚੜ੍ਹਨ ਵਾਸਤੇ, ਉੱਪਰ ਦਰੱਖਤਾਂ ਜਿਹੜੇ ਉਹ ਪਿੱਪਲ ਬੋਰਡ ਉੱਗਦੇ ਸੀ ਛੱਤਾਂ ਦੇ ਉੱਤੇ, ਸੋ ਪਹਿਲਾਂ ਤਾਂ ਆ ਕੇ ਥੋੜ੍ਹਾ ਲੋਹਾ ਪਿਆ ਸਕੂਲ 'ਚ ਉਹ ਵੇਚਿਆ ਅਤੇ ਪੌੜੀ ਬਣਾਈ, ਉਹ ਤੁਹਾਡੇ ਸਾਹਮਣੇ ਪੌੜੀ ਬਣੀ ਉੱਧਰ। ਸੋ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਫਿਰ ਇਹ ਐਨ ਆਰ ਆਈਜ਼ ਨੂੰ ਅੰਗੇਜ ਕਰਕੇ ਸਰਕਾਰ ਵੱਲੋਂ ਵੀ ਸਾਨੂੰ ਗ੍ਰਾਂਟਾਂ ਆਈਆਂ ਹੈਗੀਆਂ, ਸਰਕਾਰ ਵੱਲੋਂ ਵੀ ਦੇਖੋ ਬਾਉਂਡਰੀ ਵਾਲ ਬਣਾਈ ਹੈਗੀ ਹੈ, 6,25,000 ਦੀ ਮੈਨੂੰ ਗ੍ਰਾਂਟ ਆਈ ਸੀ ਸਰਕਾਰ ਵੱਲੋਂ ਵੀ, ਅਤੇ ਆਹ ਦੋ ਕਮਰੇ ਜਿਹੜੇ ਹੈਗੇ ਇੱਧਰ ਕਮਰਸ ਟੀਮ ਦੇ ਬਣਾਏ ਹੈਗੇ ਆ। ਸੋ ਸਰਕਾਰ ਤੋਂ ਵੀ ਅਸੀਂ ਸਹਿਯੋਗ ਜਿਹੜਾ ਹੈਗਾ ਲੈਂਦੇ ਰਹਿੰਦੇ ਹਾਂ। ਸੋ ਮੈਂ ਤਾਂ ਪ੍ਰਿੰਸੀਪਲ ਸਾਹਿਬਾਨ ਜਿਹੜੇ ਹੈਗੇ ਆ ਮੇਰੇ ਨਾਲ ਕੰਮ ਕਰਦੇ, ਉਹਨਾਂ ਨੂੰ ਇਹੀ ਕਹਾਂਗਾ ਵੀ ਤੁਸੀਂ ਸਕੂਲ ਦੇ ਵਿੱਚ ਕੰਮ ਕਰਦੇ ਹਾਂ ਤਾਂ ਆਪਣਾ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹਨੂੰ ਅਪਡੇਟ ਕਰੋ, ਸਰਕਾਰ ਤੋਂ ਵੀ ਗ੍ਰਾਂਟਸ ਲਓ ਅਤੇ ਐਨ ਆਰ ਆਈ ਜਿਹੜੇ ਹੈਗੇ ਉਹਨਾਂ ਨੂੰ ਵੀ ਇੰਗੇਜ ਕਰੋ। ਕਿਹੜੀ ਗੱਲ, ਐਨ ਆਰ ਆਈ ਸਾਡੇ ਨਾਲ ਖੜਦੇ ਆ, ਤੁਸੀਂ ਇਮਾਨਦਾਰੀ ਨਾਲ ਓਨੈਸਟੀ ਨਾਲ ਕੰਮ ਕਰੋ, ਫਿਰ ਸਾਰੇ ਤੁਹਾਡੇ ਨਾਲ ਜੁੜ ਜਾਂਦੇ ਆ। ਜਿੱਦਾਂ ਮੈਂ ਤਾਂ ਡਾਕਟਰ ਰਾਜ ਕੁਮਾਰ ਚੱਬੇਵਾਲ ਜਿਹੜੇ ਹੁਣ ਸਾਡੇ ਮੌਜੂਦਾ MP ਹੈਗੇ, ਇਹਨਾਂ ਨੂੰ ਮੈਂ ਸਕੂਲੇ ਬੁਲਾਇਆ ਸੀ ਕੰਪਿਊਟਰ ਲੈਬ ਦਾ ਉਦਘਾਟਨ ਕਰਨ ਨੂੰ ਥੋੜ੍ਹੇ ਦਿਨ ਪਹਿਲਾਂ। ਔਰ ਸਾਡੇ ਐਨ ਆਰ ਆਈ ਸਰਦਾਰ ਜਸਪਾਲ ਸਿੰਘ ਹੈਗੇ ਬਾਹਰ, ਸਰਵਜੀਤ ਸਿੰਘ ਸੋਤਾ ਹੈਗੇ, ਰੁਪਿੰਦਰ ਸਿੰਘ ਹੈਗੇ ਆ, ਅਤੇ ਬਾਕੀ ਇਹ ਨੰਬਰਦਾਰ ਸੁਰਜੀਤ ਸਿੰਘ ਦੇ ਬੇਟੇ ਹੈਗੇ ਪਿੰਦਰ ਸੋਤਾ ਅਤੇ ਸ਼ੈਰੀ ਸੋਤਾ, ਅਤੇ ਇਹਨਾਂ ਦੀ ਇਹੀ ਮੰਗ ਸੀ, ਇਹਨਾਂ ਨਾਲ ਪਹਿਲਾਂ ਸਲਾਹ ਕੀਤੀ, ਇਹਨਾਂ ਦੀ ਇਹੀ ਮੰਗ ਸੀ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਦਰਜਾ ਜਿਹੜਾ ਹੈਗਾ ਦਵਾਇਆ ਜਾਵੇ। ਸੋ ਅਸੀਂ ਇੱਕ ਸਾਡੀ ਇੱਕੋ ਮੰਗ ਅਸੀਂ ਡਾਕਟਰ ਸਾਹਿਬ MP ਸਾਹਿਬ ਦੇ ਮੂਹਰੇ ਰੱਖੀ ਸੀ, ਸਾਡੇ ਸਕੂਲ ਨੂੰ ਸਕੂਲ ਆਫ ਐਮੀਨੈਂਸ ਦਾ ਜਿਹੜਾ ਹੈਗਾ ਦਰਜਾ ਦਵਾਇਆ ਜਾਵੇ। ਉਹ ਸਾਨੂੰ ਪ੍ਰੋਮਿਸ ਕਰਕੇ ਗਏ ਆ ਕਿ ਜਦੋਂ ਵੀ ਹੁਣ ਸਕੂਲ ਆਫ ਐਮੀਨੈਂਸ ਦੀ ਨਵੀਂ ਲਿਸਟ ਆਉਂਦੀ ਹੈ ਉਹਦੇ 'ਚ ਸਾਡੇ ਸਕੂਲ ਦਾ ਨਾਮ ਜਿਹੜਾ ਹੈਗਾ ਹੋਏਗਾ। ਬਾੜੀਆਂ ਗੱਲਾਂ ਦਾ ਇਹ ਸਾਰੀ ਚੀਜ਼ ਨੂੰ ਲੈ ਕੇ ਜਿਹੜੇ ਬੱਚੇ ਇੱਥੋਂ ਪੜ੍ਹਦੇ ਨੇ, ਬੱਚਿਆਂ ਦੇ ਵੀ ਵੱਲ ਵੱਲੇ ਤੁਸੀਂ ਜਾਣਦੇ ਹੋਵੋਗੇ, ਬੱਚੇ ਕਿਵੇਂ ਦਾ ਮਹਿਸੂਸ ਕਰਦੇ ਨੇ ਪਹਿਲੇ ਜਿਹੜੇ ਇਨਫਾ ਬਣਿਆ ਹੋਇਆ ਸੀ ਹੁਣ ਦੇ ਮਾਹੌਲ ਦੇ ਵਿੱਚ ਕਿੰਨੀ ਕੁ ਤਬਦੀਲੀ ਹੈ, ਜਾਂ ਬੱਚਿਆਂ ਦੇ ਵੱਲ ਵੱਲੇ ਕੀ ਨੇ? ਦੇਖੋ ਬੱਚੇ ਬਹੁਤ ਹੀ ਮੋਟੀਵੇਟਡ ਸਾਡੇ ਫੀਲ ਕਰਦੇ ਪਏ ਆ। ਬੱਚਿਆਂ ਦੇ ਉੱਤੇ ਸਵੇਰੇ ਮੋਰਨਿੰਗ ਅਸੈਂਬਲੀ ਜਿਹੜੀ ਹੈ ਜਦੋਂ ਸਾਡੀਆਂ ਸਾਰੀਆਂ ਕਲਾਸਾਂ ਇਕੱਠੀਆਂ ਹੁੰਦੀਆਂ 6ਵੀਂ ਤੋਂ 12ਵੀਂ ਤੱਕ ਦੀਆਂ, ਤਾਂ ਉਸ ਵੇਲੇ ਟੀਚਰਸ ਵੀ ਸਾਡੇ ਬੱਚਿਆਂ ਨੂੰ ਐਡਰੈਸ ਕਰਦੇ ਆ, ਉਹਨਾਂ ਦੀਆਂ ਡਿਊਟੀਜ਼ ਵੀ ਲਗਾਈਆਂ ਹੋਈਆਂ, ਹਾਊਸ ਬਣੇ ਹੋਏ ਆ, ਔਰ ਅਸੀਂ ਬੱਚਿਆਂ ਨੂੰ ਵੀ ਮੋਟੀਵੇਟ ਕਰਦੇ ਹਾਂ ਭਾਈ ਤੁਸੀਂ ਸਵੇਰੇ ਆ ਕੇ ਮੋਰਨਿੰਗ ਅਸੈਂਬਲੀ ਦੇ ਵਿੱਚ ਆ ਕੇ ਸਟੇਜ ਦੇ ਉੱਤੇ ਆਓ, ਬੱਚਿਆਂ ਨੂੰ ਐਡਰੈਸ ਕਰੋ, ਬੋਲੋ, ਕਿਉਂਕਿ ਸਾਡੇ ਸਰਕਾਰੀ ਸਕੂਲ ਦੇ ਬੱਚਿਆਂ 'ਚ ਇੱਕੋ ਕਮੀ ਹੁੰਦੀ ਵੀ ਬੱਚੇ ਥੋੜ੍ਹੇ ਜਿਹਾ ਗੱਲਬਾਤ ਕਰਨ ਦੇ ਵਿੱਚ ਥੋੜ੍ਹੀ ਝਿਜਕ ਮਹਿਸੂਸ ਕਰਦੀ ਹੈ। ਹੁਣ ਮੈਂ ਵੀ ਸਰਕਾਰੀ ਸਕੂਲ ਦਾ ਪੜ੍ਹਿਆ, ਜਦੋਂ ਮੈਂ ਪੜ੍ਹਦਾ ਸੀ ਮੈਂ ਵੀ ਬੜਾ ਰਿਲਕਟੈਂਟ ਹੁੰਦਾ ਸੀ, ਬੋਲਦਾ ਨਾ ਸੀ, ਬਹੁਤ ਘੱਟ ਗੱਲਬਾਤ ਕਰਦਾ ਸੀ। ਸੋ ਉਹ ਕਮੀ ਅਸੀਂ ਬੱਚਿਆਂ ਦੀ ਸਵੇਰੇ ਮੋਰਨਿੰਗ ਅਸੈਂਬਲੀ ਦੇ ਵਿੱਚ ਦੂਰ ਕਰੀਦੀ ਹੈ, ਔਰ ਸਾਡੇ ਬੱਚੇ ਸਟੇਜ ਦੇ ਉੱਤੇ ਆ ਕੇ ਬੋਲਦੇ ਆ, ਔਰ ਕੰਪੀਟੀਸ਼ਨ ਦੇ ਵਿੱਚ ਵੀ ਜਾਂਦੇ ਆ। ਹੁਣ ਸਾਡੀ ਕੁੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੰਪੀਟੀਸ਼ਨ ਸੀਗਾ, ਉਹਦੇ 'ਚ ਬਲੋਕ ਦੇ ਵਿੱਚ ਉਹਦੀ ਪੋਜੀਸ਼ਨ ਸੈਕੰਡ ਆਈ ਹੈਗੀ ਹੈ। ਇਸ ਤੋਂ ਪਹਿਲਾਂ ਸਾਡਾ ਕੰਪਿਊਟਰ ਦਾ ਕੰਪੀਟੀਸ਼ਨ ਹੈਗਾ, ਕੰਪਿਊਟਰ ਟਾਈਪਿੰਗ ਦਾ, ਉਹਦੇ ਵਿੱਚ ਸਾਡੀ ਬੇਟੀ ਜਿਹੜੀ ਹੈਗੀ ਹੈ ਬਲੋਕ ਦੇ ਵਿੱਚ ਫਸਟ ਆਈ ਹੈ, ਔਰ ਸਾਡੇ 10 ਬੱਚੇ ਜਿਹੜੇ ਹੈਗੇ ਉਹਨਾਂ ਦੇ 10ਵੀਂ 'ਚੋਂ ਨੰਬਰ 75% ਤੋਂ ਵੱਧ ਆਏ ਹੈਗੇ ਆ। ਇਸ ਤਰ੍ਹਾਂ ਸਾਡੇ ਬੱਚੇ ਵੀ ਅੱਗੇ ਵੱਧ ਰਹੇ, ਮੋਟੀਵੇਟ ਹੋ ਰਹੇ ਆ, ਕਿਉਂਕਿ ਸਾਡੇ ਟੀਚਰਸ ਮੋਟੀਵੇਟਡ ਹੈ। ਟੀਚਰਸ ਨੂੰ ਮੈਂ ਇੱਕੋ ਗੱਲ ਕਹੀ ਹੋਇਆ ਵੀ ਕਿਸੇ ਵੀ ਕੰਪੀਟੀਸ਼ਨ ਦੇ ਵਿੱਚ ਅਸੀਂ ਜਸਟ ਪਾਰਟੀਸਪੇਸ਼ਨ ਦੇ ਲਈ ਨਹੀਂ ਜਾਣਾ, ਅਸੀਂ ਜਿੱਤਣ ਵਾਸਤੇ ਜਾਣਾ, ਕਿਉਂਕਿ ਮੈਂ ਬਲੋਕ ਦਾ ਨੋਡਲ ਅਫਸਰ ਵੀ ਹਾਂ, BNO ਵੀ ਮਾਲ ਪਟੂ ਦਾ ਹੈਗਾ। ਸੋ ਮੈਂ ਇਹਨਾਂ ਨੂੰ ਇਹੀ ਗੱਲ ਕਹਿੰਦਾ ਨਾ ਵੀ ਅਸੀਂ ਦੂਜੇ ਸਕੂਲਾਂ ਵਾਸਤੇ ਅਸੀਂ ਮਿਸਾਲ ਬਣਨਾ, ਦੂਜੇ ਸਕੂਲ ਵੀ ਸਾਡੇ ਵੱਲ ਦੇਖ ਕੇ ਮੋਟੀਵੇਟ ਹੋਣ, ਦੇਖੋ ਵੀ ਬਾੜੀਆਂ ਵਾਲੇ ਇੰਨੇ ਤਿਆਰ ਹੋ ਕੇ ਆਏ, ਅਸੀਂ ਵੀ ਤਿਆਰੀ ਕਰਕੇ ਜਿਹੜਾ ਹੈਗਾ ਕੰਪੀਟੀਸ਼ਨ ਦੇ ਵਿੱਚ ਜਾਣਾ ਹੈਗਾ। ਔਰ ਤਾਂ ਕਿ ਸਾਡੇ, ਕਿਉਂਕਿ ਸਾਡਾ ਕੇਂਦਰ ਬਿੰਦੂ ਤਾਂ ਬੱਚੇ ਹੀ ਹੈ ਨਾ, ਜੋ ਵੀ ਅਸੀਂ ਕੰਮ ਕਰ ਰਹੇ ਹਾਂ ਆਪਣੇ ਬੱਚਿਆਂ ਲਈ ਕਰ ਰਹੇ ਹਾਂ, ਉਹੀ ਹੈ ਸਾਡਾ, ਉਹਨਾਂ ਨੂੰ ਅਸੀਂ ਮੋਟੀਵੇਟ ਕਰਨਾ ਹੈਗਾ ਕਿ ਉਹ ਪੜ੍ਹਾਈ 'ਚ ਅੱਗੇ ਵਧਣ, ਖੇਡਾਂ 'ਚ ਅੱਗੇ ਵਧਣ, ਜਾਂ ਦੂਜੇ ਜਿਹੜੇ ਕੰਪੀਟੀਸ਼ਨ ਹੁੰਦੇ ਉਹਨਾਂ 'ਚ ਅੱਗੇ ਆ। ਪ੍ਰਿੰਸੀਪਲ ਸਾਹਿਬ, ਜਾਂਦੇ ਜਾਂਦੇ ਲਾਸਟ ਸਵਾਲ ਦੇ ਨਾਲ ਸਮਾਪਤੀ ਵੱਲ ਨੂੰ ਵਧਾਂਗੇ, ਨਤੀਜਿਆਂ ਦੇ ਉੱਪਰ ਗੱਲ ਆਉਂਦੀ ਹੈ, ਸਕੂਲਾਂ ਦੇ ਨਤੀਜੇ ਕਿਵੇਂ ਦੇ ਨੇ? ਮੈਂ ਸੁਣਿਆ ਕਿ ਤੁਹਾਡੇ ਇਸੇ ਪਿੰਡ ਦੇ ਨਜ਼ਦੀਕ ਇੱਕ ਪ੍ਰਾਈਵੇਟ ਸਕੂਲ ਹੈ, ਉਸ ਦੇ ਵਿੱਚ ਗਿਣਤੀ ਘੱਟ ਹੈ ਬੱਚਿਆਂ ਦੀ, ਅਤੇ ਉੱਧਰੋਂ ਹੱਟ ਹੱਟ ਕੇ ਬੱਚੇ ਜਿਹੜੇ ਨੇ ਇਹ ਸਕੂਲ ਦੇ ਵਿੱਚ ਲੱਗ ਰਹੇ ਨੇ, ਕਿੰਨੀਆਂ ਕੁ ਸੱਚਾਈਆਂ ਨੇ? ਦੇਖੋ ਜੀ, 5ਵੀਂ ਕਲਾਸ ਦੇ ਬੱਚੇ ਜਿਹੜੇ ਮੇਰੇ ਕੋਲ ਆਏ ਪਿੱਛੇ ਜਾਏ, ਕਹਿੰਦੇ ਸਾਨੂੰ ਇੱਥੇ ਦਾਖਲ ਕਰੋ, ਮੈਂ ਉਹਨਾਂ ਨੂੰ ਬੱਚਿਆਂ ਨੂੰ ਸਗੋਂ ਕਿਹਾ ਮੈਂ ਭਾਈ 5ਵੀਂ ਕਰਕੇ ਆਇਓ ਸਾਡੇ ਕੋਲ, ਕਹਿੰਦੇ ਸਾਨੂੰ ਹੁਣੇ ਦਾਖਲ ਕਰ ਲਓ ਇੱਥੇ।
ਕਿਉਂਕਿ ਜਦੋਂ ਗੱਲ ਹੋਈ ਚੱਲੀ ਕੰਪਿਊਟਰ ਲੈ ਵੀ ਮੈਂ ਉਹਨਾਂ ਬੱਚਿਆਂ ਨੂੰ ਆਪਣੇ ਦਿਖਾ ਲਈ ਜਿਹੜੇ ਪ੍ਰਾਈਵੇਟ ਤੋਂ ਆਏ ਸੀ, ਉਹ ਕਹਿੰਦੇ ਸਾਡੇ ਕੋਲ ਤਾਂ ਇੱਕ ਕੰਪਿਊਟਰ ਉੱਥੇ, ਮੈਂ ਕਿਹਾ ਦੇਖ ਲਓ ਸਾਡੇ ਕੋਲ ਪੁਰਾਣੀ ਕੰਪਿਊਟਰ ਲੈ ਵੀ ਹੈ ਅਤੇ ਨਵੀਂ ਅਸੀਂ ਹੋਰ ਬਣਾਤੀ ਤੁਹਾਡੇ ਵਾਸਤੇ 22 ਕੰਪਿਊਟਰ ਸਾਡੇ NRIs ਨੇ ਦਿੱਤੇ। ਬੱਚੇ ਬੜੇ ਖੁਸ਼ ਹੁੰਦੇ ਇਹਨਾਂ ਚੀਜ਼ਾਂ ਨੂੰ ਦੇਖ ਕੇ, ਫੈਸਿਲਿਟੀਜ਼ ਨੂੰ ਦੇਖ ਕੇ। ਏਅਰ ਕੰਡੀਸ਼ਨ ਲੈਬ ਹੈ ਜੀ ਸਾਡੇ ਸਕੂਲ ਦੀ, ਸਾਨੂੰ ACਵੀ ਦੇ ਦਿੱਤਾ ਕਿਸੇ ਨੇ, ਮੇਰੇ ਦਫ਼ਤਰ 'ਚ ਵੀ ACਜਿਹੜਾ ਗਿਫਟਡ ਹੀ ਜਿਹੜਾ ਲੱਗਾ ਹੋਇਆ। ਸੋ ਇਸ ਕਰਕੇ ਲੋਕਾਂ ਨੂੰ ਜੋੜਨ ਦੀ ਲੋੜ ਹੈ, ਮੋਟੀਵੇਸ਼ਨ ਦੀ ਲੋੜ ਹੈ, ਲੋਕੀ ਤਾਂ ਤੁਹਾਡੇ ਨਾਲ ਜੁੜਦੇ ਜਾ ਰਹੇ ਆ। ਸੋ ਜਿੱਦਾਂ ਸਾਡੇ NRIs ਦਾ ਸਹਿਯੋਗ ਹੈਗਾ, ਹੁਣ ਹੋਰ ਬੰਦੇ ਜੁੜ ਰਹੇ ਸਾਡੇ ਨਾਲ, ਜਿਹੜੇ ਹੋਰ NRIs ਹੈਗੇ ਜਿਹੜੇ ਇੱਥੋਂ ਪੜ੍ਹ ਕੇ ਗਏ ਹੈ, ਉਹ ਸਾਨੂੰ ਆਪ ਕਾਲ ਕਰਦੇ ਆ ਜੀ ਕਿ ਅਸੀਂ ਆਉਣਾ ਚਾਹੁੰਦੇ ਸਕੂਲ ਦੇ ਵਿੱਚ, ਤੁਹਾਡਾ ਸਕੂਲ ਸੋਹਣਾ ਬਣ ਗਿਆ, ਅਸੀਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ, ਸਾਡੇ ਫੇਸਬੁੱਕ 'ਤੇ ਸਾਨੂੰ ਲਾਈਕ ਕਰਦੇ, ਸਾਡੇ ਲਾਈਕ ਕਰਦੇ, ਕਮੈਂਟ ਕਰਦੇ ਹੈਗੇ। ਸੋ ਇਸ ਤਰ੍ਹਾਂ ਹੈਗਾ, ਹੌਲੀ ਹੌਲੀ ਜਿਹੜੀ ਸਾਡੀ ਜਿਹੜੇ ਸਾਡੇ ਨਾਲ ਲੋਕ ਜੁੜੇ ਹੋਏ NRIs, ਉਹਨਾਂ ਦੀ ਗਿਣਤੀ ਵੱਧ ਰਹੀ ਹੈ। ਹੁਣ ਪਿੱਛੇ ਜਿਹਾ ਇੱਕ ਇਟਲੀ ਤੋਂ ਆਏ ਸੀ, ਸੋਨੂ ਨਾਂ ਹੈਗਾ ਉਹਨਾਂ ਦਾ, ਸਾਨੂੰ 12 ਪੱਖੇ ਦੇ ਕੇ ਗਿਆ, ਅਸੀਂ ਹਾਲ ਦੇ ਵਿੱਚ ਲਵਾਏ ਹੈਗੇ ਆ। ਇਸੇ ਤਰ੍ਹਾਂ ਹੀ ਇੱਕ ਮੁੰਡਾ ਹੋਰ ਹੈਗਾ ਜਿਹੜਾ ਸਾਡੇ ਕੋਲ ਇੱਥੇ ਪੜ੍ਹ ਕੇ ਗਿਆ, ਰਣਵੀਰ ਸਿੰਘ ਮਹਿਮੀ ਹੈਗਾ, ਸਾਡੇ ਇੱਥੇ ਨੈਸ਼ਨਲ ਬਾਡੀ ਹੈਗੇ ਆ, ਜਗ ਸਿੰਘ ਮਾਸਟਰ ਜੀ ਉਹਨਾਂ ਦਾ ਬੇਟਾ ਹੈਗਾ, ਉਹ ਸਾਡੇ ਸਾਡੇ ਇੱਥੇ ਦਫ਼ਤਰ ਦੇ ਵਿੱਚ ਜਿਹੜਾ ਸਾਰੀ ਕੰਪਿਊਟਰ ਲੈਬ ਦੇ ਵਿੱਚ ACU ਨੇ ਲਵਾਇਆ ਹੈਗਾ। ਸਾਡੇ ਇੱਥੇ ਜਗਦੀਸ਼ ਸਿੰਘ PTI ਹੁੰਦੇ ਸੀਗੇ, ਉਹ ਸਾਨੂੰ ਇੱਕ ਕੰਪਿਊਟਰ ਦੇ ਕੇ ਗਏ ਹੈਗੇ ਆ। ਸੋ ਇਸ ਤਰ੍ਹਾਂ ਬੰਦੇ ਸਾਡੇ ਨਾਲ ਜੁੜਦੇ ਜਾ ਰਹੇ ਹੈਗੇ ਆ। ਔਰ ਡਾਕਟਰ ਸਾਹਿਬ MP ਜਿਹੜੇ ਹੈਗੇ ਸਾਡੇ, ਉਹ ਵੀ ਸਾਨੂੰ 15 ਲੱਖ ਦੀ ਗ੍ਰਾਂਟ ਦਾ ਪ੍ਰੋਮਿਸ ਕਰਕੇ ਗਏ ਹੈਗੇ ਆ, ਪਾਸ ਕਰਦੇ ਹਾਂ ਉਹ। ਅਸੀਂ ਸਟੇਡੀਅਮ ਦੀ ਰਿਪੇਅਰ ਦੇ ਉੱਤੇ ਅਤੇ ਆ ਬੱਚਿਆਂ ਦਾ ਮਿਡ-ਡੇ ਮੀਲ ਦਾ ਅਸੀਂ ਸ਼ੈਡ ਜਿਹੜਾ ਬਣਾਉਣਾ ਹੈਗਾ ਵਧੀਆ, ਤਾਂ ਕਿ ਬੱਚੇ ਸਾਡੇ ਪ੍ਰੋਪਰ ਤਰੀਕੇ ਨਾਲ ਬਹਿ ਕੇ ਖਾਣਾ ਖਾਣ। ਸੋ ਇਸ ਤਰ੍ਹਾਂ ਹੈਗਾ, ਅਸੀਂ ਹੋਰ ਲੋਕਾਂ ਨੂੰ ਆਪਣੇ ਨਾਲ ਜਿਹੜਾ ਹੈਗਾ ਜੋੜਦੇ ਜਾ ਰਹੇ ਹਾਂ, ਤਾਂ ਕਿ ਸਕੂਲ ਦੀ ਬਿਹਤਰੀ ਲਈ ਲਗਾਤਾਰ ਸਾਡੇ ਜਿਹੜੇ ਐਫਰਟਸ ਹੈਗੇ ਉਹ ਜਾਰੀ ਹੈ। ਸੋ ਜਿੱਥੇ ਪ੍ਰਿੰਸੀਪਲ ਸਾਹਿਬ ਹੋਰਾਂ ਦੇ ਵੱਲੋਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ, ਸਾਡੇ ਨਾਲ ਮੈਮ ਸਵਿਤਾ ਹੁਣੀ ਵੀ ਨੇ, ਇਕਨੋਮਿਕਸ ਪੜ੍ਹਾਉਂਦੇ ਨੇ ਅਤੇ ਇਹਨਾਂ ਦੇ ਸਬਜੈਕਟ ਦੇ ਨਾਲ ਜੁੜਿਆ ਹੋਇਆ ਇੱਥੇ ਬਹੁਤ ਸਾਰਾ ਕੰਮ ਹੋਇਆ। ਗੱਲਬਾਤ ਕਰਾਂਗੇ ਮੈਮ, ਕੀ ਕਹਿਣਾ ਚਾਹੁੰਦੇ ਹੋ ਇਸ ਸਕੂਲ ਦੀ ਬਦਲੀ ਹੋਈ ਨੁਹਾਰ ਦੇ ਬਾਰੇ ਅਤੇ ਇੱਥੇ ਹੁਣ ਦੇ ਐਟਮੋਸਫੇਅਰ ਦੇ ਬਾਰੇ, ਕੀ ਕੁਝ ਤੁਹਾਡੇ ਜ਼ਿਹਨ ਦੇ ਵਿੱਚ ਵਲਵਲੇ ਦੇ ਰੂਪ ਦੇ ਵਿੱਚ ਦੌੜਦਾ? ਸਰ, ਮੈਨੂੰ 3 ਸਾਲ ਹੋ ਗਏ ਇੱਥੇ ਆਏ ਨੂੰ, ਪਰ ਜਦੋਂ ਦੀ ਮੈਂ ਆਈ ਹਾਂ ਇਸ ਸਕੂਲ ਦੇ ਵਿੱਚ, ਚੜ੍ਹਦੀ ਕਲਾ 'ਚ ਹੈ, ਜਦੋਂ ਦੀ ਮੈਂ ਆਈ ਹਾਂ ਉਸ ਹਿਸਾਬ ਦੇ ਨਾਲ ਗੇਟ ਤੋਂ ਲੈ ਕੇ ਉਹ ਲਾਸਟ ਜਿਹੜੀ ਇੱਕ ਸਾਡੀ ਕੰਧ ਹੈ ਉਹ ਵੀ ਪੂਰੀ ਤਰ੍ਹਾਂ ਐਨ ਫਿਟਿੰਗ ਉਹਦੀ ਹੋ ਚੁੱਕੀ ਆ, ਉਹਦੀਆਂ ਵਿੱਚ ਟਾਈਲ ਜਿਹੜੀਆਂ ਇੱਟਾਂ ਵਾ ਉਹ ਵੀ ਨਵੀਆਂ ਲੱਗ ਚੁੱਕੀਆਂ ਨੇ। ਅਸੀਂ ਪਿੱਛੇ ਤੱਕ ਦੇਖ ਦਿੰਦੇ ਸੀ, ਸਾਡੇ ਪਿੱਛੋਂ ਪਿੰਡ ਤੋਂ ਬੱਚੇ ਅੰਦਰ ਆ ਜਾਂਦੇ ਸੀ, ਬੰਦੇ ਅੰਦਰ ਆ ਜਾਂਦੇ ਸੀ, ਉੱਥੋਂ ਤੱਕ ਸਰ ਨੇ ਮਾਰ ਕੀਤੀ ਹੈ। ਔਰ ਕਹਿੰਦੇ ਆ ਨਾ ਕਿ ਜੇ ਤੁਸੀਂ ਕਿਸੇ ਚੀਜ਼ ਨੂੰ ਸ਼ਿੱਦਤ ਨਾ ਚਾਹੁੰਦੇ ਹੋ ਤੇ ਕਾਇਨਾਤ ਵੀ ਤੁਹਾਡੇ ਨਾਲ ਹੁੰਦੀ ਹੈ। ਤੇ ਇਸ ਹਿਸਾਬ ਨਾਲ ਸਾਡੇ ਜਿਹੜੇ ਪ੍ਰਿੰਸੀਪਲ ਸਰ ਨੇ, ਇਹਨਾਂ ਨੂੰ ਮੈਂ ਕੰਮ ਕਰਦਿਆਂ ਦੇਖਿਆ, ਔਰ ਹੈਟਸ ਆਫ ਟੂ ਹਿਮ, ਇਹਨਾਂ ਨੇ ਜੋ ਕੰਮ ਕੀਤਾ ਉਹ ਇਮਾਨਦਾਰੀ ਨਾਲ ਬਹੁਤ ਕੀਤਾ। ਅਸੀਂ ਵੀ ਦੇਖਦੇ ਰਹੇ ਹਾਂ ਸਰ ਕਿ ਜਿਹੜੀ ਵੀ ਗ੍ਰਾਂਟ ਆਈ ਹੈ ਉਸ ਨੂੰ ਸਰ ਨੇ ਹਮੇਸ਼ਾ ਆਪਣੇ ਮਤਿਆਂ ਦੇ ਨਾਲ ਔਰ ਹਰ ਕੰਮ ਦੇ ਵਿੱਚ ਉਹਨਾਂ ਨੇ ਪਰਫੈਕਸ਼ਨ ਲਿਆਂਦੀ ਹੈ। ਜਿਹੜੀ ਵੀ ਕੰਮ ਉਹਨਾਂ ਨੇ ਸੌਂਪਿਆ ਗਿਆ ਉਹਨੂੰ ਆਪ ਚੈਕਿੰਗ ਵਾਸਤੇ ਉਹ ਕਰਦੇ ਨੇ। ਕਈ ਵਾਰ ਅਸੀਂ ਦੇਖਿਆ ਗਰਮੀ ਦੀ ਛੁੱਟੀਆਂ ਵੀ ਸਰ ਨੇ ਪਲੀਜ਼ ਨੇ ਸਰ ਆਏ ਤੇ ਉਹਨਾਂ ਨੇ ਆਪਣੀ ਵੀਡੀਓ ਜਿਹੜੀ ਆ ਸਾਨੂੰ ਸ਼ੇਅਰ ਕੀਤੀਆਂ, ਉਹ 'ਚ ਦਿਖਾਇਆ ਗਿਆ ਕਿ ਆਹ ਜਿਹੜੀਆਂ ਮੇਰੀਆਂ ਬਾਥਰੂਮ ਦੀਆਂ ਟਾਇਲਸ ਜਿਹੜੀਆਂ ਬਣ ਕੇ ਤਿਆਰ ਹੋ ਗਈਆਂ ਨੇ, ਦੇਖੋ ਲਾਈਕ ਕਰੋ। ਇਸ ਹਿਸਾਬ ਨਾਲ ਜਿਹੜੇ ਪ੍ਰਿੰਸੀਪਲ ਨੇ, ਜਿੱਦਾਂ ਅਸੀਂ ਕਹਿੰਦੇ ਨਾ ਇੱਕ ਲੀਡਰ ਹੋਣਾ ਚਾਹੀਦਾ, ਲੀਡਰ ਕੁਆਲਿਟੀਜ਼ ਜਿਹੜੀਆਂ ਨੇ ਉਹ ਇਹਨਾਂ ਵਿੱਚ ਬਹੁਤ ਆ। ਇਹਨਾਂ ਦੇ ਪਿੱਛੇ ਪਿੱਛੇ ਜਿਹੜਾ ਸਟਾਫ ਹੈ ਉਹ ਸਾਰਾ ਹੀ ਇਹਨਾਂ ਨਾਲ ਕੋਪਰੇਟ ਕਰ ਰਿਹਾ ਹੈ। ਮੇਰੇ ਹਿਸਾਬ ਨਾਲ ਤਾਂ ਇਹ ਅਸੀਂ ਕਹਿੰਦੇ ਹਾਂ ਕਿ ਅਸੀਂ ਇਹਨਾਂ ਦੇ ਨਾਲ ਨਾਲ ਚੱਲੇ ਹੋਏ ਹਾਂ ਅਤੇ ਇਸੇ ਕਰਕੇ ਸਾਡਾ ਸਕੂਲ ਵੀ ਪ੍ਰਗਤੀ 'ਤੇ ਆ। ਕਰੀਆਂ ਜਿਹੜੀਆਂ ਤੁਹਾਡ੾ ਨਾਲ ਇਸ ਰਿਪੋਰਟ ਦੇ ਵਿੱਚ ਸਾਂਝੀਆਂ ਕੀਤੀਆਂ, ਪਿੰਡ ਬਾੜੀਆਂ ਕਲਾਂ ਦਾ ਸਕੂਲ ਆਪਣੇ ਆਪ ਦੇ ਵਿੱਚ ਮਹਾਰਤ, ਜਿੱਥੇ ਇਮਾਰਤ ਪੱਖੋਂ ਰੱਖਦਾ ਉੱਥੇ ਹੀ ਨੰਬਰਾਂ ਦੇ ਗਿਣਤੀ ਦੇ ਨਤੀਜਿਆਂ ਦੇ ਵਿੱਚ ਵੀ ਆਪਣੀ ਦੌੜ ਦਾ ਇਹਨਾਂ ਦੇ ਵੱਲੋਂ ਬਾਖੂਬੀ ਜਿਹੜਾ ਹੈ ਪ੍ਰਦਰਸ਼ਨ ਕੀਤਾ ਜਾਂਦਾ ਹੈ। ਇਸ ਸਕੂਲ ਦੀ ਇਮਾਰਤ ਦੇ ਬਾਰੇ ਜਿੱਥੇ ਗੱਲਾਂ ਬਾਤਾਂ ਕੀਤੀਆਂ, ਇਸ ਸਕੂਲ ਦੇ ਵਿੱਚੋਂ ਮਿਆਰ ਕਿਵੇਂ ਪੜ੍ਹਾਈ ਦੇ ਵੱਡੇ ਪੱਧਰ ਦੇ ਉੱਪਰ ਲਿਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਾਰੀਆਂ ਚੀਜ਼ਾਂ ਵੀ ਆਪਣੇ ਆਪ ਦੇ ਵਿੱਚ ਬੇਹੱਦ ਖਾਸ ਰੂਪ ਜ਼ਰੂਰ ਪ੍ਰਦਾਨ ਕਰਦੀਆਂ ਨੇ। ਸੋ ਕੀ ਸੋਚਦੇ ਵਿਚਾਰਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ, ਪ੍ਰਤੀਕਰਮ, ਟਿੱਪਣੀ ਜ਼ਰੂਰ ਕਰਨਾ। ਅਤੇ ਇਸ ਵੀਡੀਓ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਮੰਤਵ ਇਹੀ ਹੈ ਕਿ ਮੋਟੀਵੇਟ ਹੋਈਏ, ਇੱਕਜੁੱਟਤਾ ਦੇ ਨਾਲ ਪਿੰਡਾਂ ਦੇ ਵਿੱਚੋਂ NRI ਭਰਾਵਾਂ ਦੇ ਵੱਲੋਂ ਜਿਹੜਾ
ਸਾਥ ਦਿੱਤਾ ਜਾਂਦਾ ਉਸਨੂੰ ਚੈਨਲਾਈਜ਼ ਹੋ ਕੇ ਚੰਗੇ ਤਰੀਕੇ ਦੇ ਨਾਲ ਉਹਨਾਂ ਦਾ ਪੈਸਾ ਧੇਲਾ ਉਹਨਾਂ ਦਾ ਤਿਲ ਫੁੱਲ ਜਿਹੜੀ ਸੇਵਾ ਹੈ ਉਸਨੂੰ ਚੰਗੇ ਤਰੀਕਿਆਂ ਦੇ ਨਾਲ ਵਰਤਿਆ ਜਾਵੇ। ਕੈਮਰਾਮੈਨ ਵਿਜੇ ਕੁਮਾਰ ਦੇ ਨਾਲ ਮੈਂ ਸੁਖਬੀਰ ਸਿੰਘ ਸ਼ੇਰਗਿੱਲ, ਹਮਦਰਦ ਟੀਵੀ, ਹੁਸ਼ਿਆਰਪੁਰ।